ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਪੰਚਾਇਤ ਚੁਣਗੀਆਂ ਮਤਲਬ ਸਰਬਸੰਮਤੀ ਦੇ ਨਾਲ ਆਪਣੇ ਸਰਪੰਚ ਚੁਣਨਗੀਆਂ ਉਹਨਾਂ ਨੂੰ 5 ਲੱਖ ਰੁਪਏ ਐਡਵਾਂਸ ਤੌਰ ਤੇ ਵਿਕਾਸ ਵਾਸਤੇ ਦਿੱਤੇ ਜਾਣਗੇ ਇੱਕ ਵੱਡਾ ਐਲਾਨ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੀਆਂ ਜਲਦ ਪੰਚਾਇਤੀ ਚੋਣਾਂ ਪੈਣੀਆਂ ਨੇ ਉਹਨਾਂ ਪੰਚਾਇਤੀ ਚੋਣਾਂ ਦੌਰਾਨ ਜਿਹੜੇ ਪਿੰਡ ਵਾਲੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣਨਗੇ ਉਹਨਾਂ ਨੂੰ 5 ਲੱਖ ਰੁਪਏ ਦਾ loan ਦਿੱਤਾ ਜਾਏਗਾ grant ਦਿੱਤੀ ਜਾਏਗੀ ਤਾਂ ਜੋ ਉਹ ਆਪਣੇ ਪਿੰਡ ਦਾ ਆਪਣੇ ਮੁਤਾਬਕ ਵਿਕਾਸ ਕਰ ਸਕਣ ਮੁੱਖ ਮੰਤਰੀ ਨੇ ਕਿਹਾ ਕਿ ਦਸੰਬਰ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਚੋਣਾਂ ਭੰਗ ਹੋ ਚੁੱਕੀਆਂ ਪੰਚਾਇਤੀ ਔਰ ਪੰਚਾਇਤਾਂ ਉਸ ਤੋਂ ਬਾਅਦ ਹੁਣ ਦਸੰਬਰ ਤੱਕ ਚੋਣਾਂ ਕਰਾਉਣੀਆਂ ਤੈਅ ਨੇ ਇਸ ਕਰਕੇ ਮੁੱਖ ਮੰਤਰੀ ਨੇ ਇਹ ਗੱਲ ਕੀਤੀ ਹੈਗੀ ਕਿ ਲੋਕਾਂ ਨੂੰ ਆਪਸ ਦੇ ਵਿੱਚ ਲੜਾਈ ਝਗੜੇ ਨਹੀਂ ਕਰਨੇ ਚਾਹੀਦੇ ਪੰਚਾਇਤੀ ਚੋਣਾਂ ਦੌਰਾਨ ਔਰ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰਨਾ ਚਾਹੀਦਾ ਔਰ ਉਹਨੇ ਕਿਹਾ ਕਿ ਲੜਾਈ ਝਗੜੇ ਨੂੰ ਛੱਡ ਕੇ ਸਰਬਸੰਮਤੀ ਦੇ ਨਾਲ ਪਿੰਡ ਦੇ ਸਰਪੰਚ ਚੁਣੋ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੋ ਔਰ ਨਾ ਕਿ ਕਿਸੇ ਪਾਰਟੀ ਦਾ ਔਰ ਉਹਨੇ ਕਿਹਾ ਕਿ ਸਰਬਸੰਮਤੀ ਨਾਲ ਸਰਪੰਚ ਬਣਾਉਣ ਤੇ ਪੰਜਾਬ ਸਰਕਾਰ ਵੱਲੋਂ ਉਸ ਪਿੰਡ ਨੂੰ ਵਿਕਾਸ ਦੇ ਆਧਾਰ ਤੇ ਔਰ ਪਹਿਲ ਦੇ ਆਧਾਰ ਤੇ 5 ਲੱਖ ਰੁਪਏ ਐਡਵਾਂਸ ਦਿੱਤੇ ਜਾਣਗੇ ਉਹਨੇ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲਾ ਪੈਸਾ ਪਿੰਡ ਤੇ ਵਿਕਾਸ ਤੇ ਲੱਗ ਸਕੇਗਾ ਫਿਰ ਭਲੇ ਹੀ ਕੋਈ ਪੈਸੇ ਦੇ ਦਮ ਤੇ ਚੋਣਾਂ ਕਿਉਂ ਨਾ ਚੋਣ ਕਿਉਂ ਨਾ ਜਿੱਤਿਆ ਹੋਵੇ ਸਭ ਤੋਂ ਵੱਡੀ ਗੱਲ ਪਟਿਆਲਾ ਵਿਖੇ ਰਾਜਪਦਰੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਕਿਹਾ ਕਿ 5 ਲੱਖ ਰੁਪਏ ਜਿੱਤੋ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਸਰਪੰਚ ਚੁਣਣਗੀਆਂ ਜਾਂ ਆਪਣੀ ਪੰਚਾਇਤ ਚੁਣਣਗੀਆਂ ਤਾਂ ਦੱਸ ਦਈਏ ਕਿ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 13000 ਤੋਂ ਵੱਧ ਜਿਹੜੀਆਂ ਪੰਚਾਇਤਾਂ ਨੇ ਉਹ ਭੰਗ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਸਰਕਾਰ ਕੋ ਅਧਿਕਾਰ ਆਗੇ ਨੇ ਕਿ 6 ਮਹੀਨੇ ਪਹਿਲਾਂ ਪੰਚਾਇਤੀ ਚੋਣਾਂ ਭੰਗ ਕਰ ਸਕਦੇ ਨੇ ਪੰਚਾਇਤਾਂ ਭੰਗ ਕਰ ਸਕਦੇ ਨੇ ਤੇ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਪੰਚਾਇਤਾਂ ਦੀ ਚੋਣਾਂ ਕਰਵਾਉਣੀ ਜ਼ਰੂਰੀ ਹੈ ਸਰਕਾਰ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੇਕਿਨ ਉਧਰ ਹੀ ਪੰਜਾਬ ਦੇ ਸਰਪੰਚਾਂ ਵੱਲੋਂ ਪੰਚਾਇਤ ਯੂਨੀਅਨ ਨੂੰ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਰਾ ਸਰ ਤੱਕਾ ਜੇ ਸਰਕਾਰ ਨੇ ਚੋਣਾਂ ਕਰਵਾਉਣੀਆਂ ਤੇ ਫਿਰ ਭੰਗ ਕਰਨ ਦੇ ਵਿਚਕਾਰ 6 ਮਹੀਨੇ ਦਾ ਸਮਾਂ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਤੇ ਇਹ ਚਾਹੀਦਾ ਕਿ ਜੇ ਸਰਕਾਰ ਕੋ ਦਖਾਰ ਨੇ ਕਿ ਉਹ 6 ਮਹੀਨੇ ਪਹਿਲਾਂ ਪੰਚਾਇਤਾਂ ਭੰਗ ਕਰ ਸਕਦੇ ਨੇ ਤੇ ਫਿਰ 6 ਮਹੀਨੇ ਦਾ ਵਕਬਾ ਕਿਉਂ ਆ ਉਹਨਾਂ ਨੂੰ ਨਾਲ ਦੇ ਨਾਲ ਪੰਚਾਇਤੀ ਚੋਣਾਂ ਕਰਵਾ ਦੇਣੀਆਂ ਚਾਹੀਦੀਆਂ ਨੇ ਲੇਕਿਨ ਸਰਪੰਚਾਂ ਨੇ ਤੇ ਪੰਚਾਇਤ ਜੁਨੀ ਨੇ ਇਲਜ਼ਾਮ ਲਗਾਏ ਕਿ ਅਸਲ ਵਿੱਚ ਆਮ ਆਦੀ ਪਾਰਟੀ ਦਾ ਕੋਈ ਆਪਣਾ ਕਾਡਰ ਹੈ ਨਹੀਂ ਆ ਪਿੰਡਾਂ ਦੇ ਵਿੱਚ ਇਸ ਕਰਕੇ ਹੁਣ ਜਿਹੜੇ ਉਹਨਾਂ ਦੇ ਵਲੰਟੀਅਰ ਬਣੇ ਨੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਿਆਸਤ ਦੇ ਤੌਰ ਤੇ ਇਸ ਕਰਕੇ 6 ਮਹੀਨੇ ਉਹਨਾਂ ਦੇ ذریعے ਕੰਮ ਕਰਵਾਉਣਾ ਚਾਹਦੇ ਨੇ ਪ੍ਰਬੰਧਕਾਂ ਦੇ ਨੂੰ ਨਾਲ ਲਾ ਕੇ ਜੋ ਸਰਾਸਰ ਗਲਤ ਆ 150 ਤੋਂ ਵੱਧ ਅਗਰ ਗੱਲ ਕੀਤੀ ਜਾਵੇ ਸਿਰਫ ਮਾਲੀ ਤੇ ਪਟਿਆਲੇ ਦੀਆਂ ਪੰਚਾਇਤਾਂ ਨੇ ਸਰਕਾਰ ਦੇ ਫੈਸਲੇ ਦੇ ਖਿਲਾਫ ਮਤੇ ਪਾਸ ਕਰ ਦਿੱਤੇ ਆ ਸਰਕਾਰ ਦੇ ਖਿਲਾਫ ਜਿਹੜਾ ਰੋਵ ਆ ਹੋਰ ਸਰਪੰਚਾਂ ਪੰਚਾਇਤਾਂ ਦੇ ਵਿੱਚ ਪੜ ਗਿਆ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਸਰਾਸਰ ਤੱਕਾ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਾਰੇ ਜਿਹੜੇ ਸਬੰਤੇ ਪਾਸ ਕੀਤੇ ਜਾ ਰਹੇ ਨੇ ਉਹਨਾਂ ਦੇ ਆਧਾਰ ਤੇ ਕੇਸ ਲੜਿਆ ਜਾਊਗਾ ਕਿ ਜਿਹੜੀ ਸਰਕਾਰ ਦੀ ਧੱਕੇਸ਼ਾਹੀ ਨਹੀਂ ਚੱਲੇਗੀ ਤੇ ਨਾ ਹੀ ਧੱਕੇਸ਼ਾਹੀ ਬਰਦਾਸ਼ਤ ਕੀਤੀ ਜਾਊਗੀ ਲੇਕਿਨ ਇਸ ਵੇਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਜਿਹੜੀਆਂ ਭਵਿਕ ਵਿੱਚ ਪੰਚਾਇਤੀ ਚੋਣਾਂ ਪੈਣੀਆਂ ਨੇ ਜਿਹੜਾ ਦਸੰਬਰ ਮਹੀਨੇ ਚ ਜ਼ਰੂਰੀ ਨੇ ਕਿਉਂਕਿ ਜੋ ਡਿਊ ਬੰਦੀ ਹੈਗੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਪਿੰਡ ਵਾਲੇ ਦੇ ਪਿੰਡ ਵਾਸੀ ਨੇ ਜਿਹੜੇ ਆਪਣੇ ਹਿਸਾਬ ਦੇ ਨਾਲ ਸਰਬਸੰਮਤੀ ਦੇ ਨਾਲ ਪੰਚਾਇਤਾਂ ਜਾਂ ਸਰਪੰਚ ਚੁਣਨਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਵਿਕਾਸ ਵਾਸਤੇ 5 ਲੱਖ ਰੁਪਏ ਦਿੱਤੇ ਜਾਣਗੇ ਵੱਡਾ ਨਾਮ ਆ ਪਿੰਡ ਵਾਸਤੇ ਔਰ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਧੜੇਬਾਜ਼ੀ ਖਤਮ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਜੇ ਉੱਥੇ ਜਿਹੜੀਆਂ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਉਹਨਾਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਵੈਸੇ ਨਵੀਂ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਇਹ ਸਿਸਟਮ ਚੱਲਦਾ ਆ ਰਿਹਾ ਲੇਕਿਨ ਬਾਅਦ ਚ ਜਿਹੜੀਆਂ ਸਰਕਾਰਾਂ ਨੇ ਉਹ ਮੁੱਕਰ ਜਾਂਦੀਆਂ ਨੇ ਅਕਾਲੀ ਸਰਕਾਰ ਵੀ ਮੁੱਕਰ ਗਈ ਸੀ ਕਾਂਗਰਸ ਵੀ ਮੁੱਕਰ ਗਈ ਸੀ ਕਿ ਜਿਹੜੀਆਂ ਸਰਬਸੰਮਤੀ ਨਾਲ ਚੁਣੀਆਂ ਜਾਂਦੀਆਂ ਪੰਚਾਇਤਾਂ ਨੂੰ ਪਹਿਲਾਂ ਵੀ 2-2 ਲੱਖ ਰੁਪਏ ਦੇਣ ਦਾ ਐਲਾਨ ਹੋਇਆ ਸੀ ਲੇਕਿਨ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਜਾਂ ਨਵੀਂ ਆਵਾਜ਼ ਦੀ ਪਾਰਟੀ ਦੀ ਸਰਕਾਰ ਨੇ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਕਿ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਆਪਣੇ ਸਰਪੰਚ ਪੰਜ ਚੁਣਨ ਗਿਆ ਉਹਨਾਂ ਨੂੰ ਪੈਲ ਦੇ ਆਧਾਰ ਤੇ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਕਈ ਅਜਿਹੇ ਪਿੰਡ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਉਥੇ ਕਦੇ ਵੀ ਵੋਟਾਂ ਨਹੀਂ ਪਈਆਂ ਇਹ ਵੀ ਇੱਕ ਆਪਣੇ ਆਪ ਚ ਵੱਡੀ ਗੱਲ ਆ ਕਿ ਇਦਾਂ ਦੇ ਕਈ ਅਜਿਹੇ ਪਿੰਡ ਵੀ ਹੈ ਲੇਕਰ ਹੁਣ ਸਵਾਲ ਆ ਕਿ ਇਹ ਜਿਹੜਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਇਸ ਐਲਾਨ ਤੇ ਪਤਾ ਲੱਗੂਗਾ ਕਿ ਮੈਜ 5 ਮਹੀਨੇ ਬਾਕੀ ਰਹਿ ਗਏ ਨੇ ਕਿ ਇੱਕ ਪੰਜਾਬ ਦੇ ਵਿੱਚ 13000 ਤੋਂ ਵੱਧ ਜਿਹੜੀਆਂ ਪੰਚਾਇਤਾਂ ਨੇ ਉਹਨਾਂ 13000 ਤੋਂ ਵੱਧ ਪੰਚਾਇਤਾਂ ਦੇ ਵਿੱਚ ਜਿਹੜੇ ਆ ਕਿੰਨੇ ਸਵੈ ਸਰਪੰਤੀ ਦੇ ਨਾਲ ਪਿੰਡ ਦੀਆਂ ਵੋਟਾਂ ਜਾਂ ਸਰਪੰਚ ਚੁੰਨਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਭ ਤੋਂ ਵੱਡੀ ਗੱਲ ਹੋ ਗਈ ਹੈ ਜ਼ਿਲ੍ਹਾ ਸੰਗਰੂਰ ਜਾਂ ਜਿੱਥੋਂ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਹਲਕਾ ਧੂਰੀ ਤੋਂ ਐਮ ਐਲ ਏ ਨੇ ਧੂਰੀ ਬਲਾਕ ਦੀਆਂ ਕਿੰਨੀਆਂ ਪੰਚਾਇਤਾਂ ਸਰਵ ਸੰਮਤੀ ਦੇ ਨਾਲ ਚੁਣੀਆਂ ਜਾਂਦੀਆਂ ਨੇ ਤੇ ਲੋਕਾਂ ਦੀ ਨਜ਼ਰ ਵੀ ਰਹੇਗੀ ਕਿ ਪਿੰਡ ਸਤੋਜ ਦੀ ਜਿਹੜੀ ਪੰਚਾਇਤ ਆ ਉਹ ਸਰਵ ਸੰਮਤੀ ਦੇ ਨਾਲ ਚੁਣੀ ਜਾਏਗੀ ਜਾਂ ਉੱਥੇ ਵੀ ਵੋਟਾਂ ਪੈਣਗੀਆਂ ਸਮਾਂ ਬਹੁਤਾ ਦੂਰ ਨਹੀਂ ਫਿਰਾਲ ਇਸ ਜਾਣਕਾਰੀ ਦੇ ਨਾਲ ਸਾਨੂੰ ਦਿਓ ਅੱਗੇ ਪਰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ